ਸਵਾਗਤ ਹੈ ਦੋਸਤੋ, حاضر ਹੈ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਸੋ ਅੱਜ ਵਾਲੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਮਾਰਵਾੜੀ ਸਟਾਲੀਅਨ ਲੈ ਕੇ ਹਾਇਰੀ ਲਵਾਉਣ ਲੱਗੇ ਆਂ। ਬਹੁਤ ਚੰਗੀ ਬਲੱਡ ਲਾਈਨ ਦਾ ਹੈ ਤੇ ਬਹੁਤ ਚੰਗਾ ਸਟਾਲੀਅਨ ਹੈ ਦੋਸਤੋ। ਸਾਰੀ ਡਿਟੇਲ ਆਪਾਂ ਇਹਦੀ ਸਾਂਝੀ ਕਰਨੀ ਹੈ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿ ਜਾਓ ਜੀ ਦੋਸਤੋ। ਤੁਸੀਂ ਦੇਖ ਸਕਦੇ ਆਂ ਦੋਸਤੋ ਬਹੁਤ ਹੀ ਟੌਪ ਕੁਆਲਿਟੀ ਦਾ ਸਟਾਲੀਅਨ ਹੈ। ਸਟਾਲੀਅਨ ਸਮਰਾਟ। ਇਹ ਜਿਹੜਾ ਸਮਰਾਟ ਘੋੜਾ ਹੈ ਦੋਸਤੋ ਇਹ ਸੂਰਜ ਘੋੜੇ ਦਾ ਬੱਚਾ ਹੈ ਤੇ ਬਹੁਤ ਹੀ ਟਾਪ ਦੀ ਬਲੱਡ ਲਾਈਨ ਦਾ ਬੱਚਾ ਹੈ ਇਹ ਦੋਸਤੋ ਇਹ ਸੂਰਜ ਘੋੜੇ ਦਾ ਬੱਚਾ ਹੈ ਤੇ ਦੇਵਰਾਜ ਦਾ ਪੁੱਤ ਹੈ ਦੇਵਦਰਬਾਰ ਲਾਈਨ ਦਾ ਜਿਹੜਾ ਇਹ ਸਟਾਲੀਆਨਾ ਦੋਸਤੋ ਤੇ ਮਾਂ ਵਾਲੇ ਪਾਸਿਓਂ ਵੀ ਜਿਹੜਾ ਇਹ ਇਹਦੀ ਮਾਂ ਹੈ ਜਿਹੜੀ ਗੰਗਾ ਉਹ ਅਲੀਸ਼ਾਨ ਦੀ ਬੱਚੀ ਹੈ ਡਾਇਰੈਕਟਰ ਦੋਸਤੋ ਬਾਕੀ ਇਹ ਘੋੜੇ ਦਾ ਪਾਸਪੋਰਟ ਵਗੈਰਾ ਤੇ ਰਜਿਸਟ੍ਰੇਸ਼ਨ ਜਿਹੜੀ ਹੋਈ ਹੈ ਸਾਰਾ ਕੁਝ ਉਹ ਬਣਿਆ ਹੋਇਆ ਦੋਸਤੋ 7 ਸਾਲ ਇਹਦੀ ਉਮਰ ਹੈ ਤੇ 63 ਇੰਚੇ ਦੀ ਹਾਈਟ ਹੈ ਹਾਈਟ 310 ਇੰਚ ਤੇ ਉਮਰ ਜਿਹੜੀ 7 ਸਾਲ ਬਾਕੀ ਸਾਰੇ ਕਾगज ਪੱਤਰ ਆ ਜਿਹੜੇ ਵਿੱਚ ਮੈਂ ਵੀਡੀਓ ਦੇ ਸ਼ੋਅ ਕੀਤੇ ਆ ਪਾਸਪੋਰਟ ਤੇ ਰਜਿਸਟ੍ਰੇਸ਼ਨ ਇਹਦੀ ਹੋਈ ਵੀ ਹੈ ਦੋਸਤੋ ਮਾਰਕਿੰਗ ਤੁਸੀਂ ਦੇਖ ਸਕਦੇ ਆ ਮੱਥੇ ਦੇ ਵਿੱਚ ਇਹਦੇ ਪਟਾ ਹੈਗਾ ਬਾਕੀ ਪੈਰ ਵੀ ਇਹਦੇ ਤਿੰਨ ਚਿੱਟੇ ਆ ਦੋਸਤੋ ਸਟ੍ਰਾਲੀਨ ਬਹੁਤ ਟਾਪ ਕੁਆਲਿਟੀ ਦਾ ਹੈ ਸ਼ੋ ਵੀ ਇਹ ਜੇਤੂ ਰਿਹਾ ਉਹ ਵੀ ਤੁਹਾਨੂੰ ਪ੍ਰੂਫ ਜੇ ਤੁਸੀਂ ਚਾਹੋਗੇ ਤਾਂ ਤੁਹਾਨੂੰ ਦੋਸਤੋ ਮਿਲ ਜਾਊਗਾ ਕੰਨ ਕਨੋਤੀ ਦਾ ਜਿਹੜਾ ਬਹੁਤ ਸ਼ਕੀਨ ਹੈ ਦੋਸਤੋ ਮੂੰਹ ਮੱਥੇ ਦਾ ਬਹੁਤ ਸ਼ਕੀਨ ਹੈ ਤੇ ਟਾਪ ਦੀ ਬਾਡੀ ਸਟਰਕਚਰ ਦਾ ਜਿਹੜਾ ਇਹ ਘੋੜਾ ਹੈ ਦੋਸਤੋ ਬਾਕੀ ਡਿਮਾਂਡ ਦੀ ਜੇ ਗੱਲ ਕਰੀਏ ਤਾਂ ਡਿਮਾਂਡ ਇਹਦੀ ਦੋਸਤੋ ਮਾਲਕਵੀਰ 8 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਥੋੜਾ ਬੋਧਾ ਬਾਦ ਕਰ ਜਿਹੜੀ ਹੋ ਜੂਗੀ ਲੋਕੇਸ਼ਨ ਦੀ ਗੱਲ ਕਰਾਂ ਤਾਂ ਦੋਸਤੋ ਲੋਕੇਸ਼ਨ ਇਹ ਪਾਲੀ ਰਾਜਸਥਾਨ ਦੇ ਵਿੱਚ ਖੜਾ ਹੈ ਓਨਰ ਵੀਰਾਂ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਲੱਗਾ ਹੋਇਆ ਹੈ ਬਾਕੀ ਜੇ ਤੁਸੀਂ ਕੋਈ ਹੋਰ ਡਿਟੇਲ ਇਹਦੀ ਲੈਣੀ ਹੈ ਜਾਂ ਕੋਈ ਹੋਰ ਤੁਸੀਂ ਇਹਦਾ ਕਾਗਜ਼ ਪੱਤਰ ਦੇਖਣਾ ਹੈ ਜਾਂ ਕੋਈ ਰਜਿਸਟ੍ਰੇਸ਼ਨ ਸੰਬੰਧੀ ਜਾਂ ਪਾਸਪੋਰਟ ਸੰਬੰਧੀ ਜਾਂ ਕੋਈ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਵੀਰ ਦੇ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਆ ਦੋਸਤੋ ਕੋੜਾ ਬਹੁਤ ਵਧੀਆ ਹੈ ਤੇ ਬਹੁਤ ਹੀ ਟਾਪ ਕੁਆਲਿਟੀ ਦੇ ਬਲੱਡ ਲਾਈਨ ਦਾ ਕੋੜਾ ਹੈ ਦੇਵਦਰਬਾਰ ਲਾਈਨ ਦਾ ਜਿਹੜਾ ਇਹ ਕੋੜਾ ਹੈਗਾ ਦੋਸਤੋ ਬਹੁਤ ਚੰਗਾ ਕੋੜਾ ਹੈ ਕਰੋ ਸੰਪਰਕ ਬਾਈ ਹੁਣਾਂ ਦੇ ਨਾਲ ਜਿਹੜਾ ਕੋਈ ਸ਼ਕੀਨ ਵੀਰ ਆਸਟ੍ਰੇਲੀਅਨ ਰੱਖਣਾ ਚਾਹੁੰਦਾ ਮਾਰਵਾੜੀ ਤਾਂ ਉਹ ਓਨਰ ਵੀਰ ਦੇ ਨਾਲ ਸੰਪਰਕ ਕਰ ਸਕਦਾ ਹੈ ਤੇ ਜਾਣਕਾਰੀ ਲੈ ਸਕਦਾ ਦੋਸਤੋ ਸੋ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਜਰੂਰ ਕਰਕੇ ਜਾਇਓ ਚੈਨਲ ਜੇਕਰ ਤੁਹਾਡੇ ਵਾਸਤੇ ਹੈਲਪਫੁਲ ਹੈ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਆਪਣੇ ਕਿਸੇ ਜਾਨਵਰ ਦੀ ਐਡ ਇਸ ਚੈਨਲ ਤੇ ਲਵਾਉਣ ਵਾਸਤੇ ਜਾਂ ਫਿਰ ਫਾਰਮ ਦੀ ਵੀਡੀਓਗ੍ਰਾਫੀ ਕਰਾਉਣ ਵਾਸਤੇ ਦੋਸਤੋ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ